ਸਾਡੇ ਸੱਪ ਆਉਂਦੇ ਕੰਨਾ ਉਹ ਕੱਟ ਉੱਠ ਕੇ ਬੈਠ ਕੱਟ ਲਾ ਰਾਤ ਕੱਟੀਦੀ ਆ ਸੱਪਾਂ ਵਾਲੇ ਬੇੜੇ ਵਿੱਚ ਰਹਿਣ ਨੂੰ ਮਜਬੂਰ 75 ਸਾਲਾ ਬਜ਼ੁਰਗ ਮਹਿਲਾ ਘਰ ਦੀ ਵੀ ਹਾਲਤ ਖਸਤਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਬਲਾਕ ਅਧੀਨ ਪੈਂਦੇ ਪਿੰਡ ਸੱਲਕਲਾਂ ਦੀ ਬਿਰਧ ਮਾਤਾ ਜਿਸ ਘਰ ਵਿੱਚ ਰਹਿ ਰਹੀ ਹੈ ਉਸ ਘਰ ਦੇ 2 ਕਮਰੇ ਜੋ ਬਿਲਕੁਲ ਕੱਚੇ ਹਨ ਛੱਤ ਉੱਤੇ ਗਾਡਰ ਵਾਲੇ ਟੁੱਟਣ ਦੇ ਕਰੀਬ ਆਏ ਹੋਏ ਹਨ ਇੱਥੇ ਸੱਪ ਐਦੇ ਰੋਟੀ ਪਕਾਉਂਦੀ ਤੇ ਕੋਲ ਆ ਜਾਂਦੇ ਆ ਮੈਦੇ ਆਟਾ ਮਿੱਜਾ ਮੀਂਹ ਪੈਂਦਾ ਮੈਦੇ ਆਟਾ ਲੈ ਕੇ ਨੜ ਜਾਂਦੀ ਆ ਐਡੇ 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 ਮੋਟੇ ਸੱਪ ਐਡੇ 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 ਲੰਬੇ ਹਾਂਜੀ ਇਸ ਕਮਰੇ ਚ ਬਜ਼ੁਰਗ ਮਹਿਲਾ ਨੇ ਰੋ ਰੋ ਦੱਸੀ ਆਪਣੀ ਦਾਸਤਾਨ ਐਨਆਰਆਈ ਤੇ ਐਨਜੀਓ ਨੂੰ ਮਦਦ ਕਰਨ ਲਈ ਕੀਤੀ ਬੇਨਤੀ ਇੱਕ ਦਿਨ ਉਹ ਛੱਤ ਨਾਲ ਲਮਕਦਾ ਮੈਂ ਸਰਪੰਚ ਨੂੰ ਫੋਨ ਕੀਤਾ ਉਹ ਗੱਡਰ ਨਾ ਉੱਪਰ ਲੈਣਾ ਵੀ ਐਡਾ ਸਰਪੰਚ ਜੀ ਸੱਪ ਸੀਗਾ ਵੀ ਪੂਰਾ ਬਾਗ ਪਾ ਕੇ ਏਦਾਂ ਲਮਕਿਆ ਸੀ ਆਓ ਤੁਸੀਂ ਖੁਦ ਹੀ ਦੇਖ ਲਵੋ ਇਸ ਬਜ਼ੁਰਗ ਮਹਿਲਾ ਦੀ ਤਰਸਯੋਗ ਹਾਲਤ ਕਿਵੇਂ ਸੱਪਾਂ ਦੇ ਵੇੜੇ ਵਿੱਚ ਰਹਿਣ ਨੂੰ ਮਜਬੂਰ ਹੈ ਮੇਰਾ ਜੀ ਗੁਰਮੀਤ ਕੌਰ ਚਾ ਮੇਰੇ ਗੁੱਡੀ ਇੱਕੋ ਹੀ ਸੀ ਉਹ ਪਿੰਡ ਵਾਸੀਆਂ ਨੇ ਵਿਆਹਤੀ ਸਹਿਯੋਗ ਕੁਛ ਪੰਚਾਂ ਦਾ ਹੋਇਆ ਕੁਛ ਪਿੰਡ ਵਾਸੀਆਂ ਦਾ ਹੋਇਆ ਉਹ ਚਾਹ ਪਲਾ ਕੇ ਬਰਾਤ ਤੋਰ ਦਿੱਤੀ ਸੀ ਇਸ ਵੇਲੇ ਮੇਰਾ ਮਕਾਨ ਡਿੱਗਣ ਵਾਲਾ ਮੈਂ ਇਕੱਲੀ ਰਹਿ ਰਹੀ ਹਾਂ ਇੱਥੇ ਇੱਥੇ 50 ਸਾਲਾਂ ਤੋਂ ਰਹਿ ਰਹੀ ਹਾਂ ਮੈਂ ਬਿਮਾਰ ਹੋ ਗਏ ਸੀ ਤਾਂ ਫਿਰ ਉਹਨਾਂ ਦੀ ਡੈਥ ਹੋ ਗਈ ਹਾਂਜੀ ਅਤੇ ਜਿਹੜਾ ਦੂਜਾ ਕਮਰਾ ਉੱਧਰ ਸੱਪ ਬਹੁਤ ਹੈ ਮੈਂ ਇਸ ਕਮਰੇ 'ਚ ਰਹਿੰਦੀ ਹਾਂ ਬਹੁਤ ਜ਼ਿਆਦਾ ਸੱਪ ਆ ਉੱਧਰ ਫਿਰ ਮੈਂ ਸਮਾਨ ਢੱਕ ਕੇ ਪੱਲੀਆਂ ਪੁੱਲੀਆਂ ਉੱਤੇ ਦੇ ਕੇ ਮੈਂ ਕਿਸੇ ਦੇ ਦਰਵਾਜ਼ੇ 'ਚ ਬਹਿ ਕੇ ਜਾ ਕੇ ਟਾਈਮ ਕੱਟਦੀ ਹਾਂ ਆਹ ਜਿਹੜਾ ਮੋਹਰੇ ਉਹ ਬਾਦਰਾ ਜਿਹਾ ਨਹੀਂ ਹੈਗਾ ਕਦੀ ਗੁਰਦੁਆਰੇ ਬਹਿ ਜਾਂਦੀ ਜਾ ਕੇ ਉੱਤੇ ਪੱਲੀ ਲੈ ਕੇ ਕਦੀ ਮੈਂ ਕਿਤੇ ਬਹਿ ਜਾਂਦੀ ਹਾਂ ਜਾਂ ਮੀਂਹ ਹਟਦਾ ਤਾਂ ਫਿਰ ਮੈਂ ਘਰ ਨੂੰ ਆ ਜਾਂਦੀ ਹਾਂ ਇੱਦਾਂ ਹੀ ਮਕਾਨ 'ਚ ਆਉਂਦੇ ਮੇਰੇ ਹਾਂਜੀ ਕੰਧਾਂ ਫੀਸੀਆਂ ਆ ਨਹੀਂ ਮੇਰੇ ਧੀ ਜਵਾਈ ਆ ਜਾਂਦੇ ਆ ਫਿਰ ਹਾਂਜੀ ਹਾਂਜੀ ਉਹਨਾਂ ਨੂੰ ਫੋਨ ਕਰਦੀ ਹਾਂ ਫਿਰ ਇਹ ਪੰਚ ਸਾਹਿਬ ਆ ਇਹ ਆ ਜਾਂਦੇ ਆ ਮੇਰੇ ਕੋਲ ਫਿਰ ਚਾਹ ਪਾਣੀ ਮੈਨੂੰ ਦੇ ਜਾਂਦੇ ਰੋਟੀ ਵੀ ਭੇਜ ਦਿੰਦੇ ਆ ਮੈਨੂੰ ਇਹ ਇੱਦਾਂ ਨਹੀਂ ਹੈਗੀ ਅਤੇ ਇਹ ਆ ਜਾਂਦੇ ਆ ਇਹ ਫਿਰ ਮੈਨੂੰ ਫਿਰ ਬਾਜ ਵਾਲੇ ਸ਼ਹਿਰ ਨੂੰ ਵੀ ਲੈ ਕੇ ਜਾਂਦੇ ਜੇ ਇੱਥੋਂ ਦਵਾ ਲੈਣੀ ਫਿਰ ਮੈਨੂੰ ਇੱਥੋਂ ਵੀ ਲੈ ਕੇ ਜਾਂਦੇ ਹੋਰ ਮੇਰਾ ਕੋਈ ਨਹੀਂ ਹੈਗਾ ਗੁਜ਼ਾਰਾ ਜੀ ਮੈਂ ਪੈਨਸ਼ਨ ਦੇ ਸਿਰ 'ਤੇ ਗੁਜ਼ਾਰਾ ਕਰਦੀ ਹਾਂ ਅਤੇ ਜਾਂ ਮੈਂ ਨਰੇਗਾ ਦਾ ਕੰਮ ਕਰਦੀ ਹਾਂ ਜੇ ਮੈਂ ਵਿਹਲੀ ਹੁੰਦੀ ਮੈਂ ਕਿਸੇ ਦੇ ਝਾੜੂ ਪੋਚਾ ਕਰਨ ਚਲ ਜਾਂਦੀ ਮੈਂ ਉੱਥੇ ਰੋਟੀ ਖਾ ਜਾਂਦੀ ਹਾਂ ਨਹੀਂ ਪੱਕਾ ਨਹੀਂ ਜਾਂਦੀ ਮੈਂ ਕਿਤੇ ਕਿਤੇ ਜਾਂਦੀ ਹਾਂ ਜਾਂ ਵਿਹਲੀ ਹੁੰਦੀ ਮੈਂ ਚੱਲ ਜਾਂਦੀ ਹਾਂ ਹਾਂਜੀ ਮੈਨੂੰ ਸੱਦ ਲੈਂਦੀ ਹਾਂ ਉਹ ਹਾਂਜੀ ਰੋਟੀ ਪਾਣੀ ਉੱਥੋਂ ਹੀ ਹਾਂਜੀ ਹਾਂਜੀ ਬੰਦ ਪਿਆ ਫਿਰ ਹੁਣ ਕੀ ਕਰਨਾ ਫਿਰ ਹੁਣ ਗੁਜ਼ਾਰਾ ਮੈਂ ਉਹਨਾਂ ਦੇ ਘਰ ਚੱਲ ਜਾਂਦੀ ਪੋਚਾ ਲਾਉਣ ਫਿਰ ਉੱਥੇ ਰੋਟੀ ਰੋਟੀ ਖਾ ਜਾਂਦੀ ਹੁੰਦੀ ਹਾਂ ਹਾਂਜੀ ਚਾਹ ਵੀ ਉੱਥੇ ਪੀ ਜਾਣੀ ਰੋਟੀ ਵੀ ਉੱਥੇ ਖਾ ਜਾਣੀ ਮੈਂ ਹਾਂਜੀ ਜੇ ਮੈਂ 2 ਰੋਟੀਆਂ ਦੀ ਲੋੜ ਆ ਤਾਂ ਮੈਂ ਘਰ ਨੂੰ ਵੀ ਲੈ ਆਉਂਦੀ ਹਾਂ ਫਿਰ ਕਹਿੰਦੇ ਲੈ ਜਾਓ ਤੁਸੀਂ ਕੱਪੜੇ ਦੀ ਵੀ ਫਿਰ ਹੁਣ ਕੀ ਕਰ ਸਕਦੇ ਹਾਂ ਮੰਗ ਕੇ ਪਾ ਲਈਦਾ ਕੱਪੜਾ ਨਹੀਂ ਸਮਾਉਣ ਦੀ ਹਿੰਮਤ ਹੈਗੀ ਮੰਗ ਕੇ ਪਾ ਲਾ ਨਹੀਂ ਮੈਂ ਕਦੀ ਕੱਪੜਾ ਨਹੀਂ ਸਮਾਇਆ ਦੇਖ ਲਓ ਮੈਂ ਸਾਰੇ ਦਿੱਤੇ ਹੋਏ ਪਾਉਂਦੀ ਹਾਂ ਮੈਂ ਕਦੀ ਨਹੀਂ ਕੱਪੜਾ ਸਮਾਇਆ ਨਾ ਹਿੰਮਤ ਆ ਸਮਾਉਣੇ ਦੀ ਦਾ ਰੋਟੀ ਨਹੀਂ ਤੁਰਦੀ ਨਹੀਂ ਕੋਈ ਨਹੀਂ ਦਿੰਦੇ ਪਿੰਡ ਵਾਸੀ ਕੋਈ ਨਹੀਂ ਦਿੰਦੇ ਸਹਿਯੋਗ ਮੈਨੂੰ ਬਲਵੀਰ ਹਰੀ ਹਾਂਜੀ ਨਹੀਂ ਉਦੋਂ ਮੇਰਾ ਜਰੀ ਮਕਾਨ ਠੀਕ ਸੀ ਹੁਣ ਤਾਂ ਉਹਨਾਂ ਨੂੰ ਵੀ ਮਰ ਗਿਆ ਨਚੇਰ ਹੋ ਗਿਆ ਜੀ ਹਾਂਜੀ 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 ਡੇਰੇ ਮੈਂ ਹਾਂਜੀ ਉਹ ਤਾਂ ਬਹੁਤ ਕਰਦੇ ਸੀ ਵਿਚਾਰੇ ਹਾਂਜੀ ਨਹੀਂ ਉਦੋਂ ਤਾਂ ਠੀਕ ਸੀ ਮਕਾਨ 'ਚ ਹੁੰਦੇ ਰੋਟੀ ਮੈਂ ਇੱਥੇ ਬਾਜ ਵਾਲੇ ਚੁੱਲ੍ਹੇ 'ਤੇ ਮੈਂ ਪਕਾਉਂਦੀ ਹਾਂ ਗੈਸ 'ਤੇ ਵੀ ਪਕਾਉਂਦੀ ਮੈਂ ਚੁੱਲ੍ਹੇ 'ਤੇ ਵੀ ਪਕਾਉਂਦੀ ਹਾਂ ਇੱਥੇ ਸੱਪ ਐਦੇ ਰੋਟੀ ਪਕਾਉਂਦੀ ਤੇ ਕੋਲ ਆ ਜਾਂਦੇ ਆ ਮੈਦੇ ਆਟਾ ਮਿੱਜਾ ਮੀਂਹ ਪੈਂਦਾ ਮੈਦੇ ਆਟਾ ਲੈ ਕੇ ਨੜ ਜਾਂਦੀ ਆ ਐਡੇ 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 ਮੋਟੇ ਸੱਪ ਐਡੇ 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 ਲੰਬੇ ਹਾਂਜੀ ਇਸ ਕਮਰੇ 'ਚ ਪਿੱਛਿਓਂ ਪਿੱਛਿਓਂ ਖੇਤਾਂ 'ਚੋਂ ਆਉਂਦੇ ਆ ਬਹੁਤ ਜ਼ਿੰਦਗੀ ਮੇਰੀ ਖਰਾਬ ਆ ਇੱਕ ਦਿਨ ਮੇਰਾ ਪਾਣੀ ਵੀ ਡੁੱਲ ਕੇ ਪੀਣ ਲੱਗੀ ਦਾ ਮੈਂ ਨੱਠ ਕੇ ਉੱਧਰ ਨੂੰ ਚੱਲ ਗਈ ਮੈਂ ਇੱਕ ਦਿਨ ਉਹ ਛੱਤ ਨਾਲ ਲਮਕਦਾ ਮੈਂ ਸਰਪੰਚ ਨੂੰ ਫੋਨ ਕੀਤਾ ਉਹ ਗਾਡਰ ਨਾ ਉੱਪਰ ਲੈਣਾ ਮੈਂ ਕਿਹਾ ਸਰਪੰਚ ਜੀ ਸੱਪ ਲਮਕਦਾ ਵੀ ਤੁਸੀਂ ਆਇਓ ਤੁਸੀਂ ਫੜ ਕੇ ਬਾਹਰ ਕੱਢ ਦਿੰਦੇ ਹਾਂ ਉਹ ਕਹਿੰਦੇ ਮੈਂ ਨਵੇਂ ਸ਼ਹਿਰ ਮੈਂ ਅੱਧੇ ਘੰਟੇ 'ਤੇ ਹੀ ਆਇਆ ਉਹ ਮੁੜ ਕੇ ਆਇਆ ਨਹੀਂ ਫਿਰ ਉਹਨੂੰ ਮੈਂ ਦੱਸਿਆ ਵੀ ਐਡਾ ਸਰਪੰਚ ਜੀ ਸੱਪ ਸੀਗਾ ਵੀ ਪੂਰਾ ਬਾਗ ਪਾ ਕੇ ਇੱਦਾਂ ਲਮਕਿਆ ਸੀ ਖੇਤ ਵੱਲੋਂ ਆਇਆ ਸਾਡੇ ਸੱਪ ਆਉਂਦੇ ਕੰਨਾ ਉਹ ਕੱਟ ਉੱਠ ਕੇ ਬੈਠ ਕੱਟ ਲਾ ਰਾਤ ਕੱਟੀਦੀ ਆ ਨਹੀਂ ਕੋਈ ਦੇਖਦਾ ਕੋਈ ਨਹੀਂ ਪੁੱਛਦਾ ਹਾਂਜੀ
रोटी पानी पिंडो बना के लाई थी चाह पानी भी शहन भी दवा दू ना लजदी लगे मेरे पिंड जी रहना ये सोरे घर हाँ जी हाँ जी तो बाद तो बाद मदद करी जाए रोटी पानी पिंडो लाई थी बना के हाँ जी काम भाई मैं लेबर करता हाँ जी हाँ जी हाँ जी हाँ जी सरपंच नूं भी दस्या सी कई वेल पहले तो मैं थोड़ी टीम का आया बहुत धन्यवाद करती हूँ दस्या होया सी सरपंच नूं भी बाकी टीम पंचायत मैंबर काफ़ी आपां दे मैं एन आर आई बंदियां नूं भी दस्या भी इहदे इहनां दे घर दे काफ़ी हालात खराब आ फिर ना सुनवाई होण दे विच भी आप भी फोटोआं इहनां दीआं लै के गई खुद उत्थे वीडियो दफ्तर पर उन्होंने भी कोई सुनवाई नहीं की घट्टो घट इन्हों मेरे पंचायती मैंबर होने तो पहला भी मैं इन्हों का काफ़ी साथ दे चुकी हाँ पर नहीं सुनवाई होंगी कोई भी ये बेसहारा एक बेटी है इन्हों तो उस तो बाद बेटा है नहीं कोई भी इन्हों हसबेंड 2005 एक्सपेयर हो गए थे तो साढ़े जिदा महाराज जी सगा संत बलबीर हरिदास जी उन्होंने इन्हों काफ़ी सहयोग से डेरे वालों उत्थे बह के उन्होंने गलबात सुनते रहते अपना जो इन्हें हसबेंड उन्होंने तो बाद डैथ हुई उन्होंने तो अपना लंगर पानी उत्थे चलाते सके बाकी पिंड वाले का भी संयोग जिदा काफ़ी सगा इन्हों जिथे काम करते उत्थे रोटी पानी खा लेंगे सके तो हुण इन्हां दी जिहड़ी घर की कंडीशन आ काफ़ी खराब हो चुकी आ कमरे डिगदे आ जां कुछ भी आ इन्हां दा जाने कि पिंड वालों कोई सहयोग नहीं हैगा ना कोई एन आर आई बंदियां वालों इन्हों का संयोग जितना भी दे होता उन्ना तुसी टीम वालों भी जाओ उदा एन आर आई बंदियां दा वालों दवा सकते हैं मैं आपका बहुत धन्यवाद करना रूम च तो कोई इन्ना कोई पूछण वाली गल ही नहीं हैगी रसोई भी डिगी हुई है बाथरूम भी सारे घर की कंडीशन खराब हो चुकी है सप काफ़ी आ दस दे भी आ देखे हुए भी आ तो आप भी मैं एक बार देखे गई सी इन्होंने मैंने बुलाया सीगा कहिंदे सी देखो घर की कंडीशन फिर मैं क्या माता फोटोआं भी लैके गई मैं पटवारी साहब उन्होंने मिले अगे बी डी ओ साहब सीगे अपने उन्होंने भी मिली पर इन्हों का किसी ने साथ नहीं दिता है इस तो अलावा मतलब कि जिदा भी किसी को रोंद भी है जाके कोई नहीं सुनवाई करता वह कहें भी मतलब की करना इन्होंने इकले है रहन सहन अपना कर या ना कर इदा मूहरे जवाब अगले दे देंगे फिर हम आप भी इस गल कोई वड्डी गल कर नहीं सकते है जिन्ना भी बाकी वध तो वध अपना बारह संयोग होना दवाया जाए दुखी भैन भरावां दे सच्चे हमदर्द पंजाब दे मशहूर ज्योतिष 50 सालां दा महान तजर्बा स्वामी रवि आचारिया 86997-00755 तांत्रिक विधि नाल पाओ हर परेशानी दा हल 100% गारंटी नाल पति पत्नी च झगड़ा प्रेम ब्याह च रुकावट सौधन दुश्मन दा खात्मा विदेश यात्रा कीता किराया दा जड़ तो खात्मा कर्जा मुक्ति दे विशेष उपा जाणो गुप्त वशीकरण कराओ रुस्से प्रेमी प्रेमिका नूं अपने बस च करो लाटरी नंबर पाओ भावें 649 होवे जां लोटो मैक्स प्यार च धोखा खा चुके प्रेमी प्रेमिका एक बार जरूर संपर्क करन मैं तुहाडा प्यार टुटन नहीं देवांगा इट्स माय प्रॉमिस संपर्क करो 86997-00755